ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 22 ਅਪ੍ਰੈਲ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 22 ਅਪ੍ਰੈਲ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਇਸਰੋ ਦੇ ਮੁਖੀ ਨੇ ਹਾਲ ਹੀ ਵਿੱਚ ਪੁਲਾੜ ਸੁਰੱਖਿਆ ਲਈ ਦਿਗੰਤਰਾ ਹੈੱਡਕੁਆਰਟਰ ਕਿੱਥੇ ਖੋਲ੍ਹਿਆ ਹੈ? ਹਾਂਜੀ, ਇਸਰੋ ਦੇ ਮੁਖੀ ਨੇ ਪੁਲਾੜ ਸੁਰੱਖਿਆ ਲਈ ਯਾਨੀ ਕਿ ਸੈਟੇਲਾਈਟ ਅਸੈਂਬਲੀ ਅਤੇ ਪੁਲਾੜ ਦੀ ਨਿਗਰਾਨੀ ਦੇ ਲਈ ਇੱਕ ਦਿਗੰਤਰਾ ਹੈੱਡਕੁਆਰਟਰ ਖੋਲ੍ਹਿਆ ਜਿਹੜਾ ਕਿ ਬੰਗਲੌਰ ਦੇ ਵਿੱਚ ਖੋਲ੍ਹਿਆ ਗਿਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਇਸਰੋ ਦੀ ਗੱਲ ਹੋਈ ਆ, ਇਸਰੋ ਭਾਰਤ ਦੀ ਸਪੇਸ ਏਜੰਸੀ ਦਾ ਨਾਮ ਆ ਜਿਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ 1969 ਦੇ ਵਿੱਚ ਹੋਈ ਸੀ। ਇਸ ਦਾ ਹੈੱਡਕੁਆਰਟਰ ਆ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਨਵੀਂ ਦਿੱਲੀ ਵਿੱਚ ਇੱਕ ਵੱਡੇ ਖੋਜ ਕੇਂਦਰ ਨੂੰ ਚਲਾਉਣ ਲਈ ਸਮਝੌਤਾ ਕੀਤਾ ਹੈ? ਹਾਂਜੀ, ਭਾਰਤ ਅਤੇ ਰੂਸ ਦੇਸ਼ ਨੇ ਮਿਲ ਕੇ ਨਵੀਂ ਦਿੱਲੀ ਦੇ ਵਿੱਚ ਇੱਕ ਵੱਡੇ ਖੋਜ ਕੇਂਦਰ ਨੂੰ ਚਲਾਉਣ ਦਾ ਸਮਝੌਤਾ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਰੂਸ। ਦੇਖੋ, ਰੂਸ ਦੀ ਆ ਹਾਇਰ ਸਕੂਲ ਆਫ ਐਜੂਕੇਸ਼ਨ, ਰਸ਼ੀਆ ਅਤੇ ਭਾਰਤ ਦੀ ਦਿੱਲੀ ਯੂਨੀਵਰਸਿਟੀ ਨੇ ਮਿਲ ਕੇ ਦਿੱਲੀ ਦੇ ਵਿੱਚ ਇੱਕ ਵੱਡੇ ਖੋਜ ਕੇਂਦਰ ਨੂੰ ਚਲਾਉਣ ਲਈ ਸਮਝੌਤਾ ਕੀਤਾ। ਹੁਣ ਰੂਸ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਰਸ਼ੀਆ ਯਾਨੀ ਕਿ ਰੂਸ। ਰੂਸ ਦੀ ਕੈਪੀਟਲ ਆ ਮੋਸਕੋ, ਕਰੰਸੀ ਆ ਰੇਨਮਿਨਵੀ। ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਮਿਖਾਇਲ ਮਿਸ਼ੁਸਤਿਨ ਅਤੇ ਪ੍ਰੈਜ਼ੀਡੈਂਟ 5ਵੀਂ ਵਾਰ ਬਣ ਗਏ ਆ ਵਲਾਦੀਮੀਰ ਪੁਤਿਨ। ਤੇ ਰੂਸ ਤੇ ਭਾਰਤ ਦੇ ਵਿਚਕਾਰ ਡਿਫੈਂਸ ਐਕਸਰਸਾਈਜ਼ ਹੁੰਦੀ ਆ ਇੰਦਰ ਨਾਮ ਦੀ। ਰੂਸ ਵਿੱਚ ਮਾਊਂਟ ਐਲਵਾਰਸ ਆ ਯੂਰਪ ਦਾ ਸਭ ਤੋਂ ਉੱਚਾ ਪਹਾੜ ਆ। ਰੂਸ ਵਿੱਚ ਓਰਲ ਦੇ ਪਹਾੜ ਆ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਗ੍ਰਿਫਤਾਰੀ ਜਾਰੀ ਕੀਤੀ ਸੀ ਜਿਹੜੀ ਕਿ ਰੂਸ ਯੂਕਰੇਨ ਯੁੱਧ ਦੀ ਵਜ੍ਹਾ ਕਰਕੇ ਹੋਈ ਸੀ। ਪਰ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਹਿ ਦਿੱਤਾ ਕਿ ਜੇਕਰ ਇਹ ਗ੍ਰਿਫਤਾਰੀ ਹੋਈ ਤਾਂ ਮੈਂ ਇੰਟਰਨੈਸ਼ਨਲ ਕ੍ਰਿਕਟ ਬੋਰਡ ਨੂੰ ਭੰਗ ਕਰ ਦੇਵਾਂਗਾ, ਉਸ ਤੇ ਵੀ ਹਮਲਾ ਕਰਾਵਾਂਗਾ ICC ਤੇ। ਠੀਕ ਹੈ, ਫਿਰ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਰੱਦ ਕਰ ਦਿੱਤੀ ਗਈ। ਤੇ ਰੂਸੀ ਪੁਲਾੜ ਯਾਤਰੀ ਓਲੈਗ ਕੋਨੈਨਕੋ ਨੇ 878 ਦਿਨ ਯਾਨੀ ਕਿ ਲਗਭਗ 2.5 ਸਾਲ ਪੁਲਾੜ ਵਿੱਚ ਰਹਿ ਕੇ ਸਭ ਤੋਂ ਵੱਧ ਸਮਾਂ ਬਿਤਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਰੂਸ ਨੇ 2024 ਦੀ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ। ਰੂਸ ਨੇ ਭਾਰਤ ਤੋਂ S-400 ਮਿਜ਼ਾਈਲ ਸਕੁਐਡਰਨ ਖਰੀਦੇ, ਭਾਰਤ ਨੇ ਰੂਸ ਤੋਂ ਖਰੀਦੇ ਆ। ਨੈਕਸਟ ਹੈ, ਕਿਸ ਨੂੰ ਹਾਲ ਹੀ ਵਿੱਚ HDFC ਜੀਵਨ ਬੀਮਾ ਬੋਰਡ ਦਾ ਚੇਅਰਮੈਨ ਚੁਣਿਆ ਗਿਆ? HDFC ਜੀਵਨ ਬੀਮਾ ਬੋਰਡ ਦਾ ਚੇਅਰਮੈਨ ਚੁਣਿਆ ਗਿਆ KK ਮਿਸਰਾ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, KK ਮਿਸਰਾ ਵਾ ਇੱਥੇ। ਠੀਕ ਹੈ, ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਇੱਕ ਪੇਮੈਂਟ ਐਗਰੀਗੇਟਰ ਵਜੋਂ RBI ਤੋਂ ਪ੍ਰਵਾਨਗੀ ਪ੍ਰਾਪਤ ਕੀਤੀ? ਹਾਂਜੀ, ਇੱਕ ਪੇਮੈਂਟ ਐਗਰੀਗੇਟਰ ਵਜੋਂ RBI ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਯਾਨੀ ਕਿ ਇੱਕ ਐਪ ਦੀ ਤਰ੍ਹਾਂ ਕੰਮ ਕਰੇਗਾ ਕ੍ਰੈਡ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ 3 ਨਵੇਂ ਪੁਰਾਤੱਤਵ ਸਥਾਨਾਂ ਦੀ ਖੋਜ ਕਿੱਥੇ ਕੀਤੀ ਗਈ? ਹਾਂਜੀ, 3 ਨਵੇਂ ਪੁਰਾਤੱਤਵ ਸਥਾਨਾਂ ਦੀ ਖੋਜ ਹੋਈ ਆ ਤੇਲੰਗਾਨਾ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਇਹ ਲੋਹਾ ਯੁੱਗ ਦੇ ਨਾਲ ਸੰਬੰਧਿਤ ਆ। ਠੀਕ ਹੈ, ਜਿਹੜੇ 3 ਨਵੇਂ ਪੁਰਾਤੱਤਵ ਸਥਾਨ ਆ।
ਹੁਣ ਭਾਰਤ ਦੇ ਵਿੱਚ ਤੇਲੰਗਾਨਾ ਭਾਰਤ ਦਾ 29ਵਾਂ ਰਾਜ ਸੀ। ਬਾਅਦ ਵਿੱਚ ਜੰਮੂ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ, ਮਤਲਬ ਇਹ ਰਾਜ ਨਹੀਂ ਰਿਹਾ। ਫਿਰ ਹੁਣ 28ਵਾਂ ਰਾਜ ਆ ਤੇਲੰਗਾਨਾ ਭਾਰਤ ਦਾ, ਠੀਕ ਹੈ। ਭਾਰਤ ਦੀ ਤੇਲੰਗਾਨਾ ਦੀ ਕੈਪੀਟਲ ਕੀ ਹੈ? ਹੈਦਰਾਬਾਦ। ਇੱਥੋਂ ਦੇ ਚੀਫ ਮਿਨਿਸਟਰ ਆ ਰੇਵੰਤ ਰੈਡੀ, ਗਵਰਨਰ ਆ ਡਾਕਟਰ ਤਮਿਲ ਸਾਹੀ ਸੁੰਦਰਾਜਨ। ਤੇਲੰਗਾਨਾ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ, ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ, ਮਹਾਵੀਰ ਹਰੀਨਾ ਮਨਸਥਲੀ ਨੈਸ਼ਨਲ ਪਾਰਕ ਆ, ਪਾਖਿਲ ਵਾਈਲਡ ਲਾਈਫ ਸੈਂਚੁਰੀ ਆ, ਕਾਵਲਾ ਵਾਈਲਡ ਲਾਈਫ ਸੈਂਚੁਰੀ ਆ। ਤੇਲੰਗਾਨਾ ਵਿੱਚ ਕੋਮੂਰਾ ਵੇਲੀ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਤੇਲੰਗਾਨਾ ਇੰਟਰਨੈਟ ਨੂੰ ਮੌਲਿਕ ਅਧਿਕਾਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਦੀ ਸਥਾਪਨਾ ਕਰੇਗਾ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਇੱਕ ਹੈਲਪ ਡੈਸਕ ਲਾਂਚ ਕੀਤਾ। ਤੇਲੰਗਾਨਾ ਸਰਕਾਰ ਦੁਆਰਾ ਪਰਜਾ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਤੇਲੰਗਾਨਾ ਸਰਕਾਰ ਔਰਤਾਂ ਅਤੇ ਟਰਾਂਸਜੈਂਡਰਾਂ ਲਈ ਮੁਫਤ ਬੱਸ ਯਾਤਰਾ ਸ਼ੁਰੂ ਕਰੇਗੀ। ਨੈਕਸਟ ਹੈ, ਹਾਲ ਹੀ ਵਿੱਚ ਰਾਸ਼ਟਰੀ ਦਿੱਖ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਰਾਸ਼ਟਰੀ ਦਿੱਖ ਦਿਵਸ, ਦੇਖੋ ਹਰੇਕ ਮਨੁੱਖ ਆ ਜਿਹੜਾ ਉਹਦਾ ਦੁਨੀਆ ਦੇ ਵਿੱਚ ਕੋਈ ਨਾ ਕੋਈ ਦੂਜਾ ਰੂਪ ਹੁੰਦਾ, ਸੇਮ ਐਜ਼ ਇਟ ਇਜ਼ ਜਿਵੇਂ ਉਹਦਾ ਫੇਸ ਆ, ਸੇਮ ਉਸੇ ਤਰ੍ਹਾਂ ਦਾ ਦੂਸਰਾ ਫੇਸ ਵੀ ਹੁੰਦਾ, ਮਤਲਬ ਕਿ ਉਹਦਾ ਡਬਲ ਰੋਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਉਹ ਮਤਲਬ ਇਹ ਕਿੱਥੇ ਆ, ਕਿਵੇਂ ਆ, ਆਪਾਂ ਨੂੰ ਨਹੀਂ ਪਤਾ ਹੁੰਦਾ, ਪਰ ਦੁਨੀਆ ਦੇ ਵਿੱਚ ਹੁੰਦਾ ਜ਼ਰੂਰ ਆ, ਹਰੇਕ ਮਨੁੱਖ ਦੇ ਦੋ ਰੂਪ, ਠੀਕ ਹੈ। ਤਾਂ 20 ਅਪ੍ਰੈਲ ਨੂੰ ਰਾਸ਼ਟਰੀ ਦਿੱਖ ਦਿਵਸ ਮਨਾਇਆ ਗਿਆ, ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ। ਇਹਦੀ ਸ਼ੁਰੂਆਤ ਹੋਈ ਸੀ 1980 ਤੋਂ। ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਯਾਨੀ ਕਿ ਉੜੀਸਾ ਦਿਵਸ ਮਨਾਇਆ ਗਿਆ, 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ, 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ, 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਮਨਾਇਆ ਗਿਆ, 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ, 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ, 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ, 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ, 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਅਤੇ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ, 12 ਅਪ੍ਰੈਲ ਨੂੰ ਮਨੁੱਖੀ ਪੁਲਾੜ ਉਡਾਣ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ, 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਗਿਆ, 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਅਤੇ ਹਿਮਾਚਲ ਦਿਵਸ ਮਨਾਇਆ ਗਿਆ, 16 ਅਪ੍ਰੈਲ ਨੂੰ ਵਿਸ਼ਵ ਆਜ਼ਾਦ ਦਿਵਸ ਮਨਾਇਆ ਗਿਆ, 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ ਸਾਲ 2024-25 ਤੋਂ ਸਥਾਈ ਸਿੱਖਿਆ ਨੰਬਰ ਲਾਜ਼ਮੀ ਕੀਤਾ ਹੈ? ਸਥਾਈ ਸਿੱਖਿਆ ਨੰਬਰ ਜਿਵੇਂ ਆਪਣਾ ਆਧਾਰ ਕਾਰਡ ਨੰਬਰ ਹੁੰਦਾ, ਪੈਨ ਨੰਬਰ ਹੁੰਦਾ, ਉਸੇ ਤਰ੍ਹਾਂ ਇੱਕ ਸਥਾਈ ਸਿੱਖਿਆ ਨੰਬਰ ਜਿਹਨੂੰ ਪਰਮਾਨੈਂਟ ਐਜੂਕੇਸ਼ਨ ਨੰਬਰ ਬੋਲ ਦਿੱਤਾ ਜਾਂਦਾ, ਇਹ ਲਾਗੂ ਕੀਤਾ ਗਿਆ, ਲਾਜ਼ਮੀ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ, ਯਾਨੀ ਕਿ ਹਰੇਕ ਸਟੂਡੈਂਟ ਦਾ ਇੱਕ ਪਰਮਾਨੈਂਟ ਨੰਬਰ ਹੋਵੇਗਾ ਜੋ ਉਸਦੀ ਯੂਨੀਕ ਆਈਡੀ ਹੋਵੇਗੀ। ਇਸ ਦੇ ਵਿੱਚ ਕੀ ਹੈ ਕਿ ਉਹਨੇ ਕਿਤੇ ਵੀ ਜਾ ਕੇ ਐਡਮਿਸ਼ਨ ਲੈਣੀ ਆ ਤਾਂ ਕਿਤੇ ਵੀ ਜਾ ਕੇ ਉਹ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦਾ, ਕਿਸੇ ਹੋਰ ਰਾਜ ਦੇ ਵਿੱਚ ਵੀ, ਜੇ ਪੰਜਾਬ ਦਾ ਉਹਨੇ ਤੇਲੰਗਾਨਾ 'ਚ ਲੈਣੀ ਤਾਂ ਉਹਨੂੰ ਵੀ ਮਿਲ ਸਕਦੀ ਹੈ ਇਸ ਨੰਬਰ 'ਤੇ, ਠੀਕ ਹੈ। ਕਿਹੜੇ ਨੰਬਰ 'ਤੇ ਮਿਲ ਸਕਦੀ ਆ? ਸਥਾਈ ਸਿੱਖਿਆ ਨੰਬਰ ਜਿਹਨੂੰ ਪਰਮਾਨੈਂਟ ਐਜੂਕੇਸ਼ਨਲ ਨੰਬਰ ਬੋਲ ਦਿੱਤਾ ਜਾਂਦਾ, ਠੀਕ ਹੈ ਜੀ। ਹੁਣ ਆਂਧਰਾ ਪ੍ਰਦੇਸ਼ ਨੇ ਇਸ ਨੂੰ ਲਾਗੂ ਕੀਤਾ ਵਾ, ਸਥਾਈ ਕੀਤਾ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼, ਅਤੇ ਜਦੋਂ ਵੀ ਤੁਸੀਂ ਆਂਧਰਾ ਪ੍ਰਦੇਸ਼ ਦਾ ਨਾਮ ਸੁਣੋ ਤੁਹਾਡੇ ਮਾਇੰਡ ਦੇ ਵਿੱਚ ਤੁਰੰਤ ਕਲਿੱਕ ਕਰਨਾ ਚਾਹੀਦਾ ਕਿ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ 'ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆ। ਕਦੋਂ ਗਠਿਤ ਹੋਇਆ ਸੀਗਾ? ਭਾਸ਼ਾ ਦੇ ਆਧਾਰ 'ਤੇ 1953 ਦੇ ਵਿੱਚ ਗਠਿਤ ਕੀਤਾ ਗਿਆ ਸੀ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ 'ਤੇ, ਪਰ 1956 ਦੇ ਵਿੱਚ ਇਹਨੂੰ ਮਾਨਤਾ ਮਿਲੀ ਸੀ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ, ਬਹੁਤ ਇੰਪੋਰਟੈਂਟ ਆ। ਆਂਧਰਾ ਪ੍ਰਦੇਸ਼ ਦੀ ਕੈਪੀਟਲ ਆ ਵਿਸ਼ਾਖਾਪਟਨਮ, ਚੀਫ ਮਿਨਿਸਟਰ ਆ ਜਗਨ ਮੋਹਨ ਰੈਡੀ,
ਗਵਰਨਰ ਆ ਐਸ ਅਬਦੁਲ ਨਜ਼ੀਰ। ਆਂਧਰਾ ਪ੍ਰਦੇਸ਼ ਵਿੱਚ ਸ਼੍ਰੀ ਵੈਂਕਟੇਸ਼ਵਰ ਨੈਸ਼ਨਲ ਪਾਰਕ ਆ, ਮਰੂਗਾ ਵਾਮੀ ਨੈਸ਼ਨਲ ਪਾਰਕ ਆ, ਕਬਾਲਾ ਨੈਸ਼ਨਲ ਪਾਰਕ ਆ, ਨਾਗਾਰਜੁਨ ਨੈਸ਼ਨਲ ਪਾਰਕ ਆ, ਪਾਪੀਕੋਂਡਾ ਨੈਸ਼ਨਲ ਪਾਰਕ ਆ। ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਆਂਧਰਾ ਪ੍ਰਦੇਸ਼ ਆ, ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੁੰਦਾ। ਆਂਧਰਾ ਪ੍ਰਦੇਸ਼ ਸਰਕਾਰ ਨੇ ਉੱਚ ਸਿੱਖਿਆ ਕੋਰਸਾਂ ਲਈ EDX ਨਾਲ ਭਾਈਵਾਲੀ ਕੀਤੀ। ਜਲ ਸੈਨਾ ਅਭਿਆਸ ਮਿਲਾਨ ਦਾ 12ਵਾਂ ਐਡੀਸ਼ਨ ਵਿਸ਼ਾਖਾਪਟਨਮ ਵਿਖੇ ਆਯੋਜਿਤ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਰੱਖਿਆ ਸਮਾਜਿਕ ਸੁਰੱਖਿਆ ਪੈਨਸ਼ਨ ਵਧਾ ਕੇ 3,000 ਕਰੋੜ ਰੁਪਏ ਕਰ ਦਿੱਤੀ। ਆਂਧਰਾ ਪ੍ਰਦੇਸ਼ ਖੇਤੀਬਾੜੀ ਮੰਡੀਕਰਨ ਸੁਧਾਰਾਂ ਵਿੱਚ ਟੌਪ 'ਤੇ ਰਿਹਾ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਨੂੰ NSG ਮੁਖੀ ਨਿਯੁਕਤ ਕੀਤਾ ਗਿਆ? ਹਾਂਜੀ, NSG ਮੁਖੀ ਨਿਯੁਕਤ ਕੀਤਾ ਗਿਆ ਨਲਿਨ ਪ੍ਰਭਾਤ ਨੂੰ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨਲਿਨ ਪ੍ਰਭਾਤ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੌਰਵ ਗਰਗ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵਧੀਕ ਸਕੱਤਰ ਬਣੇ। ਭਾਰਤ ਪੇ ਨੇ ਨਲਿਨ ਨੇਗੀ ਨੂੰ ਆਪਣਾ ਨਵਾਂ CEO ਚੁਣਿਆ। ਸੰਜੇ ਸ਼ੁਕਲਾ ਨੂੰ ਨੈਸ਼ਨਲ ਹਾਊਸਿੰਗ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ। ਬੰਦਿਤਾ ਕੋਲ ਨੂੰ ਡਾਕ ਵਿਭਾਗ ਦਾ ਸਕੱਤਰ ਚੁਣਿਆ ਗਿਆ। ਰਾਸ਼ਟਰੀ ਮਹਿਲਾ ਹਾਕੀ ਕੋਚ ਹਰਿੰਦਰ ਸਿੰਘ ਨੂੰ ਚੁਣਿਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਅਮੈਰੀਕਾ ਨੇ ਕਿਹੜੇ ਦੇਸ਼ ਦੇ 3 ਬੈਲਿਸਟਿਕ ਮਿਜ਼ਾਈਲ ਕੰਪਨੀਆਂ 'ਤੇ ਪਾਬੰਦੀ ਲਗਾਈ? ਹਾਂਜੀ, ਅਮੈਰੀਕਾ ਨੇ 3 ਚੀਨ ਦੀਆਂ ਅਤੇ 1 ਬੈਲਾਰੂਸ ਦੀ ਬੈਲਿਸਟਿਕ ਮਿਜ਼ਾਈਲ 'ਤੇ ਪ੍ਰਤੀਬੰਧ ਲਗਾਇਆ, ਕਿਉਂਕਿ ਇਹ ਚਾਰੇ ਕੰਪਨੀਆਂ ਪਾਕਿਸਤਾਨ ਨੂੰ ਮਿਜ਼ਾਈਲ ਦੇ ਕੰਪੋਨੈਂਟ ਪ੍ਰੋਵਾਈਡ ਕਰਵਾ ਰਹੀਆਂ ਸੀ। ਠੀਕ ਹੈ, ਤਾਂ ਹੁਣ ਇੱਥੇ ਆਪਸ਼ਨ ਆ ਚੀਨ ਦੀ। ਚੀਨ ਦੀਆਂ 3 ਕੰਪਨੀਆਂ 'ਤੇ ਪਾਬੰਦੀ ਲਗਾਈ ਆ ਬੈਲਿਸਟਿਕ ਮਿਜ਼ਾਈਲ 'ਤੇ। ਠੀਕ ਹੈ, ਬੈਲਿਸਟਿਕ ਮਿਜ਼ਾਈਲ ਕੰਪਨੀਆਂ 'ਤੇ ਅਮੈਰੀਕਾ ਨੇ। ਹੁਣ ਚੀਨ ਦੀਆਂ ਕੰਪਨੀਆਂ 'ਤੇ ਪਾਬੰਦੀ ਲੱਗੀ ਆ। ਦੇਖ ਸਕਦੇ ਹੋ ਤੁਸੀਂ ਭਾਰਤ ਦੇ ਮੈਪ ਦੇ ਵਿੱਚ ਚੀਨ ਦੀ ਹੱਦ ਲੱਗਦੀ ਆ ਭਾਰਤ ਨੂੰ, ਅਤੇ ਜਿਹੜੀ ਲਾਈਨ ਵੰਡ ਰਹੀ ਆ ਭਾਰਤ ਅਤੇ ਚੀਨ ਨੂੰ, ਇਹਨੂੰ ਬੋਲਦੇ ਆ ਮੈਕਮੋਹਨ ਲਾਈਨ। ਚੀਨ ਦੀ ਕੈਪੀਟਲ ਆ ਬੀਜ਼ਿੰਗ, ਕਰੰਸੀ ਆ ਰੇਨ ਮਿਨਵੀ, ਪ੍ਰੈਜ਼ੀਡੈਂਟ ਆ ਜੀ ਜਿਨਪਿੰਗ। ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਆ, 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ। ਵਰਲਡ ਗੋਲਡ ਕੌਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ 'ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ 'ਤੇ ਆ। ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੈਲੇਬਲ ਵੈਕਸੀਨ ਲਾਂਚ ਕੀਤੀ। ਮੱਛੀ ਦੇ ਉਤਪਾਦਨ ਵਿੱਚ ਚੀਨ ਟੌਪ 'ਤੇ ਆ। ਈ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਆ। ਚੀਨ ਦੀ ਸਪੇਸ ਏਜੰਸੀ ਦਾ ਨਾਮ ਆ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ। ਚੀਨ ਨੇ ਅੰਟਾਰਕਟਿਕ ਵਿਗਿਆਨਿਕ ਅਧਿਐਨਾਂ ਲਈ ਕਿਆਨਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ। ਭਾਰਤੀ ਫੌਜ ਨੇ ਚੀਨ ਲੱਗਦੀ ਸਰਹੱਦ 'ਤੇ IDD&IS ਸਿਸਟਮ ਤਾਇਨਾਤ ਕੀਤਾ। ਅਮੈਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਦੱਖਣੀ ਚੀਨ ਸਾਗਰ ਵਿੱਚ ਸੰਯੁਕਤ ਅਭਿਆਸ ਕੀਤਾ। ਚੀਨ ਨੇ ਇੱਕ ਨਵਾਂ ਸੈਟੇਲਾਈਟ ਆਈਨਸਟਾਈਨ ਪ੍ਰੋਬ ਲਾਂਚ ਕੀਤਾ। ਨੈਕਸਟ ਹੈ, ਹਾਲ ਹੀ ਵਿੱਚ ਨਰਪਤ ਸਿੰਘ ਨੂੰ ਕਿਸ ਦੇਸ਼ ਵਿੱਚ ਰੇਲਵੇ ਸਲਾਹਕਾਰ ਨਿਯੁਕਤ ਕੀਤਾ ਗਿਆ? ਨਰਪਤ ਸਿੰਘ, ਇਹਨਾਂ ਨੂੰ ਬੰਗਲਾਦੇਸ਼ ਵਿੱਚ ਰੇਲਵੇ ਸਲਾਹਕਾਰ ਨਿਯੁਕਤ ਕੀਤਾ ਗਿਆ। ਆਪਸ਼ਨ C ਇਜ਼ ਦਾ ਰਾਈਟ ਆਂਸਰ। ਹੁਣ ਬੰਗਲਾਦੇਸ਼ ਦੇ ਵਿੱਚ ਕੀਤਾ ਗਿਆ ਨਿਯੁਕਤ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼, ਭਾਰਤ ਦਾ ਹੀ ਮੈਪ ਆ, ਅਤੇ ਭਾਰਤ ਦੇ ਮੈਪ ਦੇ ਇੱਧਰ ਇਸ ਸਾਈਡ ਬੰਗਲਾਦੇਸ਼ ਪਿਆ। ਬੰਗਲਾਦੇਸ਼ ਨਾਲ ਭਾਰਤ ਦੀ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ, 4,096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਹੈ। ਭਾਰਤ ਦੀ ਕੈਪੀਟਲ ਆ ਡਾਕਾ, ਸੋਰੀ ਬੰਗਲਾਦੇਸ਼ ਦੀ ਗੱਲ ਕਰ ਰਹੇ ਹਾਂ, ਬੰਗਲਾਦੇਸ਼ ਦੀ ਕੈਪੀਟਲ ਆ ਡਾਕਾ। ਕਰੰਸੀ ਆ ਟਕਾ। ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ। ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੂਦੀਨ। ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ, ਕਿੰਨੇ ਦੇ ਰਾਜਾਂ ਦੀ ਹੱਦ ਲੱਗਦੀ ਹੈ? ਪੱਛਮੀ ਬੰਗਾਲ ਦੀ, ਅਸਮ ਦੀ, ਮੇਘਾਲਿਆ ਦੀ, ਤ੍ਰਿਪੁਰਾ, ਮਿਜ਼ੋਰਮ। ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ।
ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ। ਬੰਗਲਾਦੇਸ਼ ਦੀ ਸੰਸਦ ਦਾ ਨਾਮ ਆਜ਼ਾਦੀ ਸੰਸਦ ਅਤੇ ਰਾਸ਼ਟਰੀ ਸੰਸਦ। ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਗਿਆ, ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਅਤੇ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਆ ਸੁਰਮਾ ਨਦੀ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਲਈ ਸਾਂਝੀ ਮੁਦਰਾ ਦੀ ਵਕਾਲਤ ਕੀਤੀ। ਬੰਗਲਾਦੇਸ਼ ਵਿੱਚ 2 ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ। ਢਾਕਾ ਵਿੱਚ ਖਾਸੀ ਆਜ਼ਾਦੀ ਘੁਲਾਟੀਏ ਯੂ ਤਿਰੋਟ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਬੰਗਲਾਦੇਸ਼ ਨੇ ਆਰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਭਾਰਤੀ ਅਤੇ ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਨੇ ਬੋਂਗੋ ਸਾਗਰ 23 ਆਯੋਜਿਤ ਕੀਤਾ। ਨੈਕਸਟ ਹੈ, ਹਾਲ ਹੀ ਵਿੱਚ ਵਿੱਤੀ ਸਾਲ 2023-24 ਵਿੱਚ ਇਲੈਕਟ੍ਰੋਨਿਕਸ ਨਿਰਯਾਤ ਵਿੱਚ ਕਿਹੜਾ ਰਾਜ ਸਭ ਤੋਂ ਟੌਪ 'ਤੇ ਰਿਹਾ? ਹਾਂਜੀ, ਵਿੱਤੀ ਸਾਲ 2023-24 ਵਿੱਚ ਇਲੈਕਟ੍ਰੋਨਿਕਸ ਨਿਰਯਾਤ ਵਿੱਚ ਟੌਪ 'ਤੇ ਰਿਹਾ ਤਮਿਲਨਾਡੂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਤਮਿਲਨਾਡੂ ਟੌਪ 'ਤੇ ਰਿਹਾ ਤਾਂ ਤਮਿਲਨਾਡੂ ਦੀ ਕੈਪੀਟਲ ਕੀ ਆ? ਚੇਨਈ। ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ, ਗਵਰਨਰ ਆ ਆਰ ਐਨ ਰਵੀ। ਤਮਿਲਨਾਡੂ ਦੇ ਫੇਮਸ ਲੋਕ ਨਾਚ ਆ ਭਾਰਤ ਨੱਟਿਅਮ। ਤਮਿਲਨਾਡੂ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ, ਗਿੰਡੀ ਨੈਸ਼ਨਲ ਪਾਰਕ ਆ, ਇੰਦਰਾ ਗਾਂਧੀ ਨੈਸ਼ਨਲ ਪਾਰਕ ਆ, ਅੰਨਾਮਲਾਈ ਨੈਸ਼ਨਲ ਪਾਰਕ ਆ, ਮਨਾਰ ਨੈਸ਼ਨਲ ਪਾਰਕ ਆ, ਮੁਕੁਰਤੀ ਨੈਸ਼ਨਲ ਪਾਰਕ ਆ, ਸੱਤੇਮੰਗਲਮ ਟਾਈਗਰ ਰਿਜ਼ਰਵ ਆ, ਕਿਉਂਕਿ ਇਸ ਨੂੰ TX2 ਦਾ ਪੁਰਸਕਾਰ ਵੀ ਮਿਲਿਆ। ਇੱਥੇ ਬਾਘਾਂ ਦੀ ਆਬਾਦੀ ਦੁੱਗਣੀ ਹੋਣ ਕਾਰਨ ਮਿਲਿਆ ਵਾ। ਤਮਿਲਨਾਡੂ ਦੇ ਵਿੱਚ ਚੈਂਬਰ ਮਵਕਮ ਝੀਲ ਆ। ਤਮਿਲਨਾਡੂ ਦੇ ਵਿੱਚ ਕਾਲੀਬੈਲੀ ਝੀਲ ਆ, ਪੋਲਿਕ ਝੀਲ ਆ, ਕੋਲਾਵਈ ਝੀਲ ਆ, ਸੋਲਾਬਰਮ ਝੀਲ ਆ, ਵੀਰਨਮ ਝੀਲ ਆ, ਕੁਡੇਕਨਾਲ ਝੀਲ ਆ, ਰੈੱਡ ਹਿਲਸ ਝੀਲ ਆ, ਅੰਬਤੂਰ ਝੀਲ ਆ, ਸਿੰਗਾਨਲੂਰ ਝੀਲ ਆ। ਮੱਛੀ ਦੇ ਉਤਪਾਦਨ ਵਿੱਚ ਟੌਪ 'ਤੇ ਆ ਤਮਿਲਨਾਡੂ। ਅਤੇ ਤਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨੀਂਗਲ ਨਾਲਮਾ ਯੋਜਨਾ ਸ਼ੁਰੂ ਕੀਤੀ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਰਾਸ਼ਟਰ ਇੱਕ ਚੋਣ ਅਤੇ ਸੀਮਾਬੰਦੀ ਪ੍ਰਕਿਰਿਆ ਵਿਰੁੱਧ ਮਤਾ ਪੇਸ਼ ਕੀਤਾ। ਕਬਾਇਲੀ ਔਰਤ ਸ਼੍ਰੀ ਪਥੀ ਤਮਿਲਨਾਡੂ ਦੀ ਸਿਵਲ ਜੱਜ ਬਣੀ। ਹੁੰਡਈ ਮੋਟਰ ਇੰਡੀਆ ਅਤੇ IIT ਮਦਰਾਸ ਨੇ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਸਥਾਪਿਤ ਕਰਨ ਦਾ ਫੈਸਲਾ ਕੀਤਾ। ਨੈਕਸਟ ਹੈ, ਕਿਸ ਨੂੰ ਹਾਲ ਹੀ ਵਿੱਚ ਧੰਨ ਲਕਸ਼ਮੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਚੁਣਿਆ ਗਿਆ? ਹਾਂਜੀ, ਧੰਨ ਲਕਸ਼ਮੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਚੁਣਿਆ ਗਿਆ ਵਾ ਅਜੀਤ ਕੁਮਾਰ KK ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹੁਣ ਅਸੀਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਤਾਂ ਬ੍ਰਿਟੇਨ ਨੇ ਭਾਰਤ ਵਿੱਚ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਲਿੰਡੀ ਕੈਮਰੂਨ ਨੂੰ ਨਿਯੁਕਤ ਕੀਤਾ। ਜਗਜੀਤ ਪਵਾੜੀਆ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਚੁਣਿਆ ਗਿਆ। ਸੁਸ਼ੀਲ ਸ਼ਰਮਾ ਨੂੰ SJVM ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ। ਨੈਕਸਟ ਹੈ, ਕਿਸ ਬੈਡਮਿੰਟਨ ਖਿਡਾਰੀ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਬੈਡਮਿੰਟਨ ਤੋਂ ਸੰਨਿਆਸ ਲਿਆ ਹੈ? ਹਾਂਜੀ, ਵਿਸ਼ਵ ਦੇ ਨੰਬਰ 1 ਬੈਡਮਿੰਟਨ ਖਿਡਾਰੀ ਸੀਗੇ ਕੈਂਟੋ ਮੋਮੋਟਾ, ਅਤੇ ਇਹਨਾਂ ਨੇ ਰੀਸੈਂਟਲੀ ਬੈਡਮਿੰਟਨ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ। ਪਰ ਹੁਣ ਇਹ ਸਾਬਕਾ ਕੈਨੇਟੋ ਮੋਮੋਟਾ ਬੈਡਮਿੰਟਨ ਖਿਡਾਰੀ ਸੀ ਵਰਲਡ ਦੇ, ਪਰ ਹੁਣ ਨੰਬਰ 1 ਖਿਡਾਰੀ ਕੌਣ ਹੈ ਐਟ ਪ੍ਰੈਜੈਂਟ ਵਰਤਮਾਨ ਸਮੇਂ ਦੇ ਵਿੱਚ? ਵਿਕਟਰ ਐਕਸਲਰਸਨ। ਠੀਕ ਹੈ, ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।